ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਕੁਝ ਵਿਚਾਰ ਬਹੁਤ ਸੰਖੇਪ ਜੀ ਤੁਹਾਡੇ ਨਾਲ ਸਾਂਝੇ ਕਰਨੇ ਆ। ਹਾੜਵਦੀ 13 ਸਨ 1577 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਨਗਰ ਦੀ ਨੀਂਹ ਰੱਖੀ। ਬੱਤੀ ਕਿੱਤੇਕਾਰ ਅਲੱਗ ਅਲੱਗ ਥਾਵਾਂ ਤੋਂ ਬੁਲਾਏ, ਕਿਸੇ ਦੀ ਧਰਮ ਜਾਤ ਪਾਤ ਕੁਛ ਨਹੀਂ ਪੁੱਛਿਆ, ਸਾਰਿਆਂ ਨੂੰ ਉਪਦੇਸ਼ ਚੋ ਵਰਨਾ ਕੋ ਸਾਂਝਾ ਕਰਕੇ ਇੱਥੇ ਸੱਦਾ ਦਿੱਤਾ ਵੀ ਇਹ ਨਗਰ ਵਸਾਈਏ। ਅਤੇ ਉਹਨਾਂ ਦੇ ਮਨ ਦੀ ਇੱਕ ਵਿਜ਼ਨ ਸੀ ਉਸ ਟਾਈਮ, ਜਿਸ ਨੂੰ ਗੁਰਬਾਣੀ ਵਿੱਚ ਇਹ ਵਿਚਾਰਿਆ ਗਿਆ। ਮੈਂ ਆਪ ਸਭ ਨੂੰ ਬੇਨਤੀ ਕਰਨਾ ਕਿ ਅਸੀਂ ਨਾਲ ਗਾਈਏ ਅਤੇ ਫਿਰ ਉਸ ਤੋਂ ਬਾਅਦ ਵਿਚਾਰ ਕਰਦੇ ਹਾਂ ਸੰਖੇਪ। ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਹੇ ਨਾਇਆ ਰਾਮਦਾਸ ਸਰ, ਹਰ ਹਾਂ ਨਾਨਕ ਕਸਮ ਲਜਾਹੇ ਨਾਇਆ ਰਾਮਦਾਸ। ਸੋ ਇਸ ਰਾਮਦਾਸ ਪੁਰ ਦੀ, ਇਸ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਇਸ ਵਿਜ਼ਨ ਨਾਲ ਰੱਖੀ ਕਿ ਇੱਥੇ ਬਹੁਤ ਇੱਥੇ ਵਸੋਂ ਹੋਵੇ ਅਤੇ ਇਸ ਸ਼ਹਿਰ ਦੀ ਅਨੂਪਤਾ ਦੀ ਜਿਹੜੀ ਹੈ ਧੁੰਮਾਂ ਦੂਰ ਦੂਰ ਤੱਕ ਹੋਣ। ਅਨੂਪ ਬਿਊਟੀਫੁੱਲ ਸਰੀਨ ਸਿਟੀ ਫੁੱਲ ਆਫ ਨੇਚਰ, ਜਿੱਥੇ ਕੁਦਰਤ ਦਾ ਕਹਿ ਲਓ ਵੀ ਇੱਕ ਨ੍ਰਿਤ ਹੁੰਦਾ ਹੋਵੇ, ਜਿਹਨੂੰ ਵੇਖ ਕੇ ਗੁਰੂ ਨਾਨਕ ਦੇ ਸਿੱਖ ਗਾ ਉੱਠਣ ਬਲਿਹਾਰੀ ਕੁਦਰਤ ਵਸਿਆ, ਇਸ ਤਰ੍ਹਾਂ ਦਾ ਉਹਨਾਂ ਨੇ ਵਿਜ਼ਨ ਰੱਖਿਆ। ਅਤੇ ਮੈਂ ਅੱਜ ਤੁਹਾਡੇ ਸਾਰਿਆਂ ਨਾਲ ਇਹੀ ਪ੍ਰਸ਼ਨ ਕਰਨ ਆਇਆ ਕਿ ਸਾਡੀਆਂ ਮਾਵਾਂ ਭੈਣਾਂ ਅਤੇ ਸਾਡੇ ਵੀਰ, ਤੁਸੀਂ ਜ਼ਰੂਰ ਮੈਨੂੰ ਹਾਮੀ ਭਰ ਕੇ ਦੱਸਿਓ ਜਾਂ ਨਾ ਕਰਕੇ ਦੱਸਿਓ ਵੀ ਤੁਸੀਂ ਇਸ ਸ਼ਹਿਰ ਦੇ ਵਿੱਚ ਖੁਸ਼ ਹੋ, ਪੂਰੇ ਖੁਸ਼ ਹੋ ਜੀ? ਇੱਥੋਂ ਦੇ ਪਾਣੀ ਦੇ ਪ੍ਰਬੰਧ ਤੋਂ ਪੂਰੇ ਤੁਸੀਂ ਮੁਕੰਮਲ ਤੌਰ 'ਤੇ ਖੁਸ਼ ਹੋ? ਹੱਥ ਖੜਾ ਕਰੋ ਜੇ ਬਿਲਕੁਲ ਖੁਸ਼ ਹੋ ਤੇ ਹੱਥ ਖੜਾ ਕਰੋ। ਵਾਹ ਜੀ ਵਾਹ। ਇੱਥੋਂ ਦੀ ਹਵਾ ਬਾਰੇ ਤੁਸੀਂ ਪੂਰੇ ਖੁਸ਼ ਹੋ ਵੀ ਇੱਥੇ ਪ੍ਰਦੂਸ਼ਣ ਰਹਿਤ ਹਵਾ ਹੈ ਵੀ ਗੁਰੂ ਰਾਮਦਾਸ ਜੀ ਨੇ ਵਸਾਈ ਨਗਰੀ ਕਿ ਇੱਥੇ ਬਿਲਕੁਲ ਪੋਲਿਊਸ਼ਨ ਹੈ ਨਹੀਂ ਗਾ? ਹੱਥ ਖੜਾ ਕਰੋ ਜੇ ਹਾਂ ਹੈ ਤਾਂ, ਵੀ ਕੋਈ ਪੋਲਿਊਸ਼ਨ ਨਹੀਂ, ਕੋਈ ਇੱਥੇ ਡਸਟ ਨਹੀਂ। ਤੀਜਾ ਪ੍ਰਸ਼ਨ, ਕੀ ਤੁਸੀਂ ਹਰਿਆਵਲ ਤੋਂ ਇਸ ਸ਼ਹਿਰ ਦੀ, ਵੀ ਇੱਥੇ ਇੰਨੀ ਹਰਿਆਵਲ ਹੈ ਕਿ ਪੰਛੀ ਤਾਂ ਚਹਿਲ ਪਹਿਲ ਕਰਦੇ ਨੇ ਅਤੇ ਰੋਜ਼ ਇੱਥੇ ਕੋਇਲ ਕੂਕਦੀ ਅਤੇ ਗੁਰਬਾਣੀ ਚੇਤੇ ਆਉਂਦੀ ਹੈ, ਮੋਰ ਬਬੀਹੇ ਬੋਲਦੇ ਆ, ਕੀ ਤੁਸੀਂ ਖੁਸ਼ ਹੋ? ਅਖੀਰਲਾ ਸਵਾਲ, ਕੀ ਤੁਸੀਂ ਇੱਥੋਂ ਦੇ ਅੰਨ ਪਾਣੀ ਅਤੇ ਖਾਦ ਪਦਾਰਥ ਜੋ ਤੁਸੀਂ ਖਾਂਦੇ ਹੋ ਉਸ ਤੋਂ ਖੁਸ਼ ਹੋ? ਲੰਗਰ ਦੀ ਗੱਲ ਨਹੀਂ ਮੈਂ ਕਰਦਾ, ਜੋ ਅਦਬ ਹੈ। ਸੋ ਮੈਂ ਤੁਹਾਨੂੰ ਇਹ, ਆਪਾਂ ਗੁਰੂ ਦੇ ਸਿੱਖ ਹੋਣ ਦੇ ਨਾਤੇ ਪ੍ਰਸ਼ਨ ਮੈਂ ਨਹੀਂ ਕੋਈ ਆਪਾਂ ਇੱਜ਼ਤ 'ਤੇ ਹਮਲਾ ਨਹੀਂ ਕਰ ਰਹੇ, ਪਰ ਸਾਡੀ ਅਣਖ ਹੈ, ਗੁਰੂ ਸਾਹਿਬ ਦਾ ਅਦਬ ਹੈ ਅਤੇ ਉਹਨਾਂ ਨੇ ਵਿਜ਼ਨ ਰੱਖੀ ਅਤੇ ਉਹਨਾਂ ਦੇ ਬੱਚੇ ਸਾਡੇ ਮਾਂ ਪਿਓ ਕੋਈ ਜਦਾਦ ਜੋੜ ਕੇ ਜਾਣ ਤਾਂ ਸਾਡਾ ਫਰਜ਼ ਹੁੰਦਾ ਵੀ ਜਦਾਦ ਨੂੰ ਵਧਾਈਏ ਕਿ ਘਟਾਈਏ। ਸੋ ਉਹਨਾਂ ਦੀ ਜਿਹੜੀ ਵਿਜ਼ਨ ਹੈ ਅਨੂਪ ਰਾਮਦਾਸ ਪੁਰ, ਉਹ ਅੱਜ 2 ਜੁਲਾਈ ਨੂੰ, ਪਰਸੋਂ ਸੰਨ 2016 'ਚ 439 ਸਾਲ ਹੋ ਜਾਣੇ ਸ਼ਨੀਵਾਰ ਨੂੰ ਪੂਰੇ ਹਾੜਵਦੀ 13। ਅਤੇ ਮੈਂ ਪੁੱਛਣਾ ਹੈ ਕਿ ਅਸੀਂ ਗੁਰੂ ਕੇ ਸਿੱਖ, ਗੁਰੂ ਕੇ ਬੱਚੇ ਹੋਣ ਦੇ ਨਾਤੇ ਅਸੀਂ ਕੀ ਕਰੀਏ? ਸੋ ਜੇ ਪਾਣੀ ਦੀ ਗੱਲ ਕਰੀਏ, ਪਾਣੀ ਤੁਸੀਂ ਅੱਧੇ ਖੁਸ਼ ਸੀ ਅਤੇ ਅੱਧੇ ਨਹੀਂ। ਅੱਜ ਦੁਨੀਆਂ ਵਿੱਚ ਮੰਨਿਆ ਗਿਆ ਕਿ ਪਹਿਲੇ 20 ਪ੍ਰਦੂਸ਼ਿਤ ਸ਼ਹਿਰਾਂ 'ਚੋਂ, ਸਾਰੀ ਦੁਨੀਆਂ ਦੇ ਪਹਿਲੇ 20 ਸ਼ਹਿਰਾਂ 'ਚੋਂ ਇੱਕ ਨੰਬਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੈ। ਇਹ ਗੰਭੀਰਤਾ ਵਾਲੀ ਗੱਲ ਹੈ। ਪਾਣੀ ਅੱਜ ਸਾਨੂੰ ਮਿਲ ਰਿਹਾ 400-300 ਫੁੱਟ 'ਤੇ। ਹੁਣ ਮੈਂ ਤਾਂ ਕਹਿੰਦਾ ਵੀ ਮੈਂ ਆਪਣੇ ਬੱਚਿਆਂ ਵਾਸਤੇ ਕਾਰ ਵੀ ਬਣਾਈ, ਜਾਇਦਾਦ ਵੀ ਬਣਾਈ, ਪ੍ਰੋਪਰਟੀ ਲਈ, ਕਾਰ ਵੀ ਲਈ, ਪਾਣੀ ਕੋਈ ਨਹੀਂ ਸਾਂਭਿਆ। ਕੱਲ੍ਹ ਨੂੰ ਗੁਰੂ ਰਾਮਦਾਸ ਜੀ ਦੇ ਬੱਚੇ ਜਿਹੜੇ ਅਮਰੀਕਾ ਰਹਿੰਦੇ ਆ, ਬਠਿੰਡੇ ਰਹਿੰਦੇ ਆ, ਬੋਂਬੇ ਰਹਿੰਦੇ ਆ, ਜਦੋਂ ਇੱਥੇ ਗੁਰੂ ਕੀ ਨਗਰੀ 'ਚ ਆਇਆ ਕਰਨਗੇ, ਤੁਸੀਂ ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਕਰ ਰਹੇ ਹੋ? ਅੱਜ ਤੋਂ 50 ਸਾਲ ਬਾਅਦ, 100 ਸਾਲ ਬਾਅਦ, 200 ਸਾਲ ਬਾਅਦ ਕਿੰਨੇ ਹਜ਼ਾਰ ਫੁੱਟ ਡੂੰਘੇ ਪੱਟਾਂਗੇ ਅਸੀਂ ਬੋਰ? ਲੋੜ ਹੈ ਪਾਣੀ ਦੀ ਬੱਚਤ ਕਰਨ ਲਈ। ਮੈਂ ਤਿੰਨ ਫੈਸਲੇ ਇੱਥੇ ਛੋਟੇ ਜਿਹੇ ਗੱਲ ਕਰਨੀ ਹੈ। ਸਭ ਤੋਂ ਜ਼ਿਆਦਾ ਜਿਹੜਾ ਭਾਗ ਪਾ ਸਕਦੀਆਂ ਮਾਵਾਂ ਭੈਣਾਂ ਪਾ ਸਕਦੇ, ਘਰਾਂ ਵਿੱਚ RO ਲੱਗੇ ਹੁੰਦੇ ਆ, ਉਹਦੀ ਨਿੱਕੀ ਜਿਹੀ ਇੱਕ ਪਾਈਪ ਆਉਂਦੀ, 10 ਲੀਟਰ ਪਾਣੀ ਰੋਜ਼ ਵੇਸਟ ਜਾਂਦਾ, ਉਹਨੂੰ ਪੋਚਿਆਂ ਲਈ ਵਰਤੋ, ਕਿਆਰੀ 'ਚ ਪਾਣੀ ਪਾਉਣ ਲਈ ਵਰਤੋ, ਕਿਵੇਂ ਵੀ ਵਰਤੋ, ਵਿਅਰਥ ਨਾ ਜਾਣ ਦਿਓ ਡਰੇਨੇਜ, ਨੰਬਰ 1। ਕਿਤੇ ਵੀ ਸੇਵਾ ਹੁੰਦੀ ਹੈ ਦਰਬਾਰ ਸਾਹਿਬ ਦੀ ਜਾਂ ਕਿਸੇ ਵੀ ਘਰ ਦੀ ਸੇਵਾ ਕਰਦੇ ਹੋ, ਬੋਕਰ ਵਰਤੋ,
ਥੋੜਾ ਪਾਣੀ, ਬਾਕੀ ਬੋਕਰ ਨਾਲ ਮਿੱਟੀ ਕੱਢੋ। ਆਮ ਤੌਰ ਤੇ ਪਾਈਪ ਨਾਲ ਹੀ ਪਾਣੀ ਉਹ ਮਿੱਟੀ ਕੱਢਦੀ ਸੀ। ਥੋੜਾ ਸਾਨੂੰ ਸੰਜਮ ਨਾਲ ਸੋਚ ਕੇ ਦਾਮਨ ਸੰਕੋਚ ਕੇ ਚੱਲਣ ਦੀ ਲੋੜ ਆ। ਕਾਰ ਧੋਣ ਲਈ ਪਾਈਪ ਨਾ ਵਰਤੋ, ਬਾਲਟੀ ਨਾਲ ਧੋ, ਅੱਧੀ ਬਾਲਟੀ ਨਾਲ ਕਾਰ ਐਂ ਤਰੋ ਤਾਜ਼ਾ ਹੋ ਜਾਂਦੀ ਹੈ, ਜਿਵੇਂ ਬੰਦੇ ਦਾ ਪਿੰਡ ਐਂ ਵਧੀਆ ਸੁੱਕ ਹੋ ਜਾਂਦਾ ਨਾ ਨਹਾ ਕੇ ਉਵੇਂ। ਬੱਚਿਆਂ ਨੂੰ ਵੀ ਲਿਆ ਕੇ ਦਿਓ ਕਿ ਬੁਰਸ਼ ਕਰਨਾ ਜਦੋਂ ਗਲਾਸ 'ਚ ਪਾਣੀ ਰੱਖਣ। ਉਹ ਟੂਟੀ ਖੁੱਲ੍ਹੀ ਛੱਡ ਕੇ ਬੁਰਸ਼ ਕੀਤਾ, 16 ਲੀਟਰ ਪਾਣੀ ਗਲਾਸ ਵਿੱਚ ਪਾਈਆ ਪਾਣੀ। ਕਰਨੀਆਂ ਤੋਂ 2 ਕੁਰਲੀਆਂ ਹੀ ਆ, ਪਰ ਪ੍ਰਬੰਧ ਕਰੋ ਅੱਜ ਤੋਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ, ਆਪਣੇ ਬੱਚਿਆਂ ਲਈ ਵੀ, ਉਹਨਾਂ ਦੀ ਸੰਤਾਨ ਲਈ ਵੀ। ਦੂਜੀ ਗੱਲ ਸੀ ਹਵਾ ਦਾ ਕਾਰਨ। ਮੈਂ ਬੇਨਤੀ ਇਹ ਕਰਨੀ ਕਿ ਜਿੱਥੇ ਸਮਾਗਮ ਹੋਵੇ ਭਾਈ ਸਾਹਿਬ, ਹਰੇਕ ਘਰ ਨੂੰ ਇਹ ਜਾ ਕੇ ਬੇਨਤੀ ਕਰੋ ਜਾਂ ਬੂਟਾ ਲਿਆ ਕੇ ਉਹਨਾਂ ਦੇ ਘਰ ਦਿਓ, ਗਿਫਟ ਦਿਓ ਵੀ ਇਹ ਬੂਟੇ ਦੀ ਅਸੀਂ ਪਾਲਣਾ ਕਰਨੀ ਹੈ। ਅਗਲੇ ਸਮਾਗਮ 'ਤੇ ਉਹਦੀ ਇੰਸਪੈਕਸ਼ਨ ਹੋਵੇ, ਹੋ ਸਕਦਾ 4 ਸਾਲ ਬਾਅਦ ਉਹ ਬੂਟੇ ਤੋਂ ਸੰਗਤ ਨੂੰ ਅੰਬ ਦਾ ਪ੍ਰਸ਼ਾਦ ਮਿਲੇ, ਜਾਮਣਾ ਦਾ ਪ੍ਰਸ਼ਾਦ ਮਿਲੇ, ਜਾਂ ਕੁਛ ਵੀ ਮਿਲੇ। ਚਾਹੇ ਉਹ ਮੈਡੀਸਨਲ ਪਲਾਂਟ ਹੋਵੇ, ਉਹਨਾਂ ਤੋਂ ਮੈਡੀਸਨ ਵੰਡੀ ਜਾ ਸਕੇ। ਸੋ ਸਮਾਗਮਾਂ ਰਾਹੀਂ ਵੀ ਬੂਟਿਆਂ ਦੀ ਵਧਾ ਵੱਧ ਸਕਦਾ, ਅਤੇ ਉਹਦੇ ਨਾਲ ਆਕਸੀਜਨ ਦੀ ਸਪਲਾਈ, ਆਕਸੀਜਨ ਦਾ ਲੰਗਰ ਗੁਰੂ ਕੇ ਸਿੱਖਾਂ ਦੇ ਕੋਲੋਂ ਲੱਗੂਗਾ, ਅਤੇ ਅੰਮ੍ਰਿਤਸਰ ਦੀ ਧਰਤੀ ਦੀ ਆਕਸੀਜਨ, ਹਵਾ ਇੱਥੋਂ ਸ਼ੁੱਧ ਅਸੀਂ ਕਰਾਂਗੇ ਉਹਦੇ ਨਾਲ। ਚਾਹੀਦਾ ਤਾਂ ਇਹ ਹਰੇਕ ਸਮਾਗਮ 'ਤੇ ਹੋਵੇ। ਲਾਸਟ ਗੱਲ ਕਿ ਆਪਾਂ ਜਿਹੜੇ ਖਾਣ ਪੀਣ ਤੋਂ ਨਹੀਂ ਸੌਖੇ, ਅਸੀਂ ਪਿੱਛੇ ਜੇ ਮੁਹਿੰਮ ਸ਼ੁਰੂ ਕੀਤੀ ਸੀ ਔਰਗੈਨਿਕ ਲੰਗਰ ਦੀ, ਜਿਹਦਾ ਅਖਬਾਰਾਂ ਵਿੱਚ ਧੁੰਮਾਂ ਪਈਆਂ, NDTV ਅਤੇ BBC ਸਭ ਪਾਸੇ ਦੁਨੀਆਂ 'ਚ ਗੱਲ ਗਈ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਹੁਣ ਲੰਗਰ ਜਿਹੜਾ ਉਹ ਪਾਰਸ਼ਲੀ ਔਰਗੈਨਿਕ, ਕੁਛ ਪਦਾਰਥ ਔਰਗੈਨਿਕ ਆ ਰਹੇ ਨੇ ਵੀ, ਜਿਹਦੇ 'ਚ ਦਵਾਈਆਂ ਨਹੀਂ ਵਰਤੀਆਂ ਜਾ ਰਹੀਆਂ, ਪੈਸਟੀਸਾਈਡ ਨਹੀਂ ਵਰਤੇ ਜਾ ਰਹੇ। ਸੋ ਸਾਨੂੰ ਲੋੜ ਹੈ ਕਿ ਅਸੀਂ ਉਸ ਚੀਜ਼ ਦੀ ਡਿਮਾਂਡ ਵਧਾਈਏ। ਅਸੀਂ ਇਹੋ ਜਿਹੇ ਕਿਸਾਨ ਜਿਹੜੇ ਦਵਾਈਆਂ ਨਹੀਂ ਵਰਤਦੇ ਨਾ, ਉਹਨਾਂ ਕੋਲ ਜਾ ਕੇ ਕਹੀਏ ਸਾਡੇ ਵਾਸਤੇ ਉਗਾਓ। 2 ਪੈਸੇ ਮਹਿੰਗੀ ਹੈ, ਪਰ ਦਵਾਈ ਦੇ ਮੁਕਾਬਲੇ ਲਾਓ ਨਾ ਸਿਹਤ ਦੇ ਮੁਕਾਬਲੇ। ਇਹ ਜਿਹੜਾ ਹਰਿਮੰਦਰ ਵਰਗਾ ਸਰੀਰ ਦਿੱਤਾ, ਜਿਹਦੇ ਨਾਲ ਅਸੀਂ ਪਰਮਾਤਮਾ ਨੂੰ ਮਿਲਣਾ, ਜੇ ਉਹ ਬਿਮਾਰ ਹੋ ਜਾਣਾ, ਹਾਏ ਹਾਏ ਕਰਦਾ, ਬਰਾਬਰ ਅਬ ਨਹੀਂ ਕਰ ਸਕਦਾ, ਉਹ ਖੁਸ਼ੀ ਨਾਲ ਪਿਆਰ ਨਹੀਂ ਪਾ ਸਕਦਾ ਗੁਰੂ ਮਹਾਰਾਜ ਦਾ। ਸੋ ਸਰੀਰ ਦੀ ਬਣਤਰ, ਸਰੀਰ ਨੂੰ ਅਰੋਗ ਰੱਖਣ ਵਾਸਤੇ, ਧਰਤੀ ਨੂੰ ਅਰੋਗ ਰੱਖਣ ਵਾਸਤੇ ਔਰਗੈਨਿਕ ਫੂਡ ਆਪਾਂ ਵਰਤੀਏ। ਜਿੱਥੇ ਕਿਤੇ ਸਮਾਗਮ ਹੋਵੇ, ਲੰਗਰ ਦਾ ਪ੍ਰਬੰਧ ਔਰਗੈਨਿਕ ਕਰੋ, ਪਲਾਸਟਿਕ ਦੇ ਸਟਾਇਰੋਫੋਮ ਦੇ ਭਾਂਡਿਆਂ ਤੋਂ ਦੂਰ ਰਹੋ। ਇਹ ਮੇਰੀਆਂ ਕੁਛ ਕੁ ਬੇਨਤੀਆਂ ਦੇ ਨਾਲ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ 2 ਤਰੀਕ ਨੂੰ ਸ਼ਨੀਵਾਰ ਸਵੇਰੇ ਭਾਈ ਸਾਹਿਬ ਨੇ ਵੀ ਹਾਮੀ ਭਰੀ, ਸ਼੍ਰੀ ਸੰਤੋਖਸਰ ਸਾਹਿਬ ਤੋਂ ਇੱਕ ਪਰੇਡ ਜਾਣੀ ਹੈ ਇੱਥੋਂ। ਜਿਹੜੇ ਜਿਹੜੇ ਲੋਕ ਅੰਮ੍ਰਿਤਸਰ ਨੂੰ ਸਮਰਪਿਤ ਨੇ, ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਪਿਆਰ ਕਰਦੇ ਆ, ਸਾਰਿਆਂ ਨੇ ਸ਼ਮੂਲੀਅਤ ਭਰਨੀ ਜੀ। 5:30 ਵਜੇ ਅਸੀਂ ਇਕੱਤਰ ਹੋ ਰਹੇ ਹਾਂ, ਉੱਥੇ ਸਰਵ ਧਰਮ ਲੋਕਾਂ ਨੇ ਆਉਣਾ। ਇਸਕੌਨ ਟੈਂਪਲ ਤੋਂ ਆ ਰਹੇ ਨੇ, ਮਸਜਿਦ ਤੋਂ ਲੋਕ ਆ ਰਹੇ ਨੇ, ਚਰਚਾਂ ਤੋਂ ਆ ਰਹੇ ਨੇ, ਆਪਣੇ ਗੁਰੂ ਕੇ ਸਿੱਖਾਂ ਨੇ ਵੱਧ ਤੋਂ ਵੱਧ ਚੜ੍ਹ ਕੇ ਆਉਣ, ਵੱਧ ਚੜ੍ਹ ਕੇ ਆਉਣਾ ਉੱਥੇ, ਉਹ ਸਾਡਾ ਫਰਜ਼ ਹੈ, ਪਹਿਲਾਂ ਸਾਡਾ ਫਰਜ਼ ਹੈ ਮੈਨੂੰ ਲੱਗਦਾ। ਸੋ ਸ੍ਰੀ ਸੰਤੋਖਸਰ ਸਾਹਿਬ 5:30 ਵਜੇ ਸ਼ਨੀਵਾਰ 2 ਜੁਲਾਈ ਪਰਸੋਂ ਨੂੰ, ਉੱਥੋਂ ਦੀ ਅਸੀਂ ਸਾਰੇ ਕੰਪਨੀ ਬਾਗ ਜਾਵਾਂਗੇ, ਅਤੇ ਰਸਤੇ 'ਚ ਸਿਰਫ ਇੱਕੋ ਹੀ, ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਚਾਹੇ ਗੁਰਬਾਣੀ ਦਾ ਪਾਠ ਕਰੋ, ਗੁਰੂ ਰਾਮਦਾਸ ਜੀ ਦੀ ਉਸਤਤ ਕਰੋ, ਅਤੇ ਅਰਦਾਸ ਕਰੀਏ ਕਿ ਸਾਡੀ ਆਉਣ ਵਾਲੀ ਪੀੜ੍ਹੀਆਂ ਲਈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨੂੰ ਅਸੀਂ ਆਪ ਸੰਭਾਲ ਸਾਰ ਸੰਭਾਲ ਕਰ ਸਕੀਏ। ਬਸ ਇੰਨੀ ਕੁ ਬੇਨਤੀ ਨਾਲ ਸਾਰੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਉਚੇਚੇ ਤੌਰ 'ਤੇ ਭਾਈ ਸਾਹਿਬ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਥਾਪਨਾ ਦਿਵਸ ਸ਼ਮੂਲੀਅਤ ਭਰਨ ਦਾ ਵਾਅਦਾ ਕੀਤਾ, ਅਤੇ ਬਹੁਤ ਬਹੁਤ ਸ਼ੁਕਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।